ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਹੈ ਕਿ ਉਹ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪਿਛਲੀ ਸਰਕਾਰ ਮੌਕੇ ਜਾਰੀ ਕੀਤੇ ਗਏ ਫੰਡਾਂ ਦੀ ਜਾਂਚ ਦਾ ਸਵਾਗਤ ਕਰਦੇ ਨੇ। ਢੀਂਸਾ ਮੁਤਾਬਕ ਪਿਛਲੀ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਨੂੰ ਫੰਡਾਂ ਦੇ ਰੂਪ ਵਿੱਚ ਸਹੀ ਤਰੀਕੇ ਨਾਲ ਵੰਡਿਆ ਗਿਆ ਹੈ। ਹਾਲਾਂਕਿ ਉਹਨਾਂ ਕਿਹਾ ਕਿ ਜੇਕਰ ਅਜਿਹੇ ਵਿੱਚ ਕਿਸੇ ਤਰੀਕੇ ਦਾ ਘਪਲਾ ਸਾਹਮਣੇ ਆਉਂਦਾ ਹੈ ਤਾਂ ਉਹ ਛੋਟੇ ਪੱਧਰ ਤੇ ਹੀ ਹੋ ਸਕਦਾ ਹੈ। ਵੈਲਕਮ। ਅਗਰ ਕਰਾਉਣਾ ਚਾਹੁਣ ਤਾਂ ਕਰਾ ਲੈਣ, ਕੋਈ ਹਰਜ ਨਹੀਂ, ਕਿਉਂਕਿ ਹੋ ਸਕਦਾ ਲੋਕਲ ਬੋਡੀਜ਼ 'ਚ ਕਿਸੇ ਨੇ ਜਾਂ ਪੰਚਾਇਤਾਂ 'ਚ ਕਿਸੇ ਨੇ ਪੈਸੇ ਦੀ ਗੜਬੜ ਕੀਤੀ ਹੋਵੇ। ਉਹ ਕੋਈ ਲੋਕਲ ਹੋ ਸਕਦੀ ਹੈ, ਸਰਪੰਚ ਦੀ ਹੋ ਸਕਦੀ ਹੈ, ਕਿਸੇ ਪ੍ਰਧਾਨ ਦੀ ਹੋ ਸਕਦੀ ਹੈ, ਕਿਸੇ ਹੋਰ ਦੀ ਹੋ ਸਕਦੀ ਹੈ। ਸਾਨੂੰ ਇਹਦੇ ਬਾਰੇ ਕਰ ਲੈਣ ਇਨਕੁਆਇਰੀ, ਕੋਈ ਗੱਲ ਨਹੀਂ। ਸਰਕਾਰ ਦਾ ਕੰਮ ਸੀ ਕਿ ਉਹਨਾਂ ਨੂੰ ਪੈਸੇ ਦੇਣੇ ਤਾਂ ਕਿ ਡਿਵੈਲਪਮੈਂਟ ਹੋ ਸਕੇ। ਕਿੰਨੀ ਡਿਵੈਲਪਮੈਂਟ ਹੋਈ, ਉਹਦੇ 'ਚ ਕਿੱਥੇ 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 ਕੋਈ ਗੜਬੜ ਹੋਈ, ਉਹ ਉਹਨਾਂ ਦੀ ਹੋਏਗਾ। ਸਰਕਾਰ ਨੇ ਤਾਂ ਉਹਨਾਂ ਨੂੰ ਪੈਸੇ ਦੇ ਦਿੱਤੇ, ਗ੍ਰਾਂਟ ਦੇ ਦਿੱਤੀ।